ਹੈਲੋ ਦੋਸਤੋ, ਹੈਲਥ ਸਮਾਧਾਨ ਵਿੱਚ ਤੁਹਾਡਾ ਇੱਕ ਵਾਰ ਫਿਰ ਬਹੁਤ ਬਹੁਤ ਸਵਾਗਤ ਹੈ। ਤਾਂ ਦੋਸਤੋ, ਆਪਾਂ ਅਕਸਰ ਹੀ ਹੈਲਦੀ ਰਹਿਣ ਲਈ ਕੋਈ ਨਾ ਕੋਈ ਤਰੀਕਾ ਅਜਮਾਉਂਦੇ ਰਹਿੰਦੇ ਹਾਂ, ਜਿਵੇਂ ਕਿ ਕਦੇ ਗਰਮ ਪਾਣੀ ਵਿੱਚ ਨਿੰਬੂ ਅਤੇ ਸ਼ਹਿਦ ਮਿਲਾ ਕੇ ਪੀਣਾ, ਜਾਂ ਫਿਰ ਸਵੇਰੇ ਗਰਮ ਪਾਣੀ ਦੇ ਨਾਲ ਮੇਥੀ ਦਾਣੇ ਨੂੰ ਲੈਣਾ। ਲੇਕਿਨ ਬਹੁਤ ਹੀ ਘੱਟ ਲੋਕ ਜਾਣਦੇ ਹਨ ਕਿ ਜੇਕਰ ਰੋਜ਼ ਸਵੇਰੇ ਪਾਣੀ ਵਿੱਚ ਹਲਦੀ ਮਿਲਾ ਕੇ ਪੀਤੀ ਜਾਵੇ, ਇਸ ਨਾਲ ਆਪਣੀ ਸਿਹਤ ਉੱਤੇ ਬਹੁਤ ਜ਼ਿਆਦਾ ਅਸਰ ਪੈਂਦਾ ਹੈ। ਜੇਕਰ ਤੁਸੀਂ ਰੋਜ਼ਾਨਾ ਪਾਣੀ ਵਿੱਚ ਹਲਦੀ ਮਿਲਾ ਕੇ ਪੀਓ ਤਾਂ ਇਸ ਤੋਂ ਸਾਡਾ ਡਾਈਜੇਸ਼ਨ ਤਾਂ ਠੀਕ ਰਹਿੰਦਾ ਹੀ ਹੈ, ਲੇਕਿਨ ਉਸ ਦੇ ਨਾਲ ਨਾਲ ਸਾਡਾ ਭਾਰ ਵੀ ਘੱਟ ਹੁੰਦਾ ਹੈ, ਸਾਡਾ ਇਮਿਊਨ ਸਿਸਟਮ ਠੀਕ ਰਹਿੰਦਾ ਹੈ, ਸਾਡੀ ਸਕਿਨ ਉੱਤੇ ਗਲੋ ਆ ਜਾਂਦਾ ਹੈ। ਤਾਂ ਦੋਸਤੋ, ਆਈਏ ਜਾਣਦੇ ਹਾਂ ਪਾਣੀ ਵਿੱਚ ਹਲਦੀ ਮਿਲਾ ਕੇ ਪੀਣ ਦੇ ਕਿਹੜੇ ਕਿਹੜੇ ਫਾਇਦੇ ਹਨ। ਪਰ ਉਸ ਤੋਂ ਪਹਿਲਾਂ, ਜੇ ਤੁਸੀਂ ਸਾਡੇ ਚੈਨਲ ਨੂੰ ਸਬਸਕ੍ਰਾਈਬ ਨਹੀਂ ਕੀਤਾ ਹੈ ਤਾਂ ਸਬਸਕ੍ਰਾਈਬ ਕਰ ਲਵੋ ਅਤੇ ਬੈਲ ਆਈਕਨ ਉੱਤੇ ਵੀ ਕਲਿੱਕ ਕਰੋ, ਜਿਸ ਨਾਲ ਤੁਸੀਂ ਸਾਡੇ ਖਾਸ ਵੀਡੀਓ ਸਭ ਤੋਂ ਪਹਿਲਾਂ ਦੇਖ ਸਕੋ। ਤਾਂ ਦੋਸਤੋ, ਹਲਦੀ ਇੱਕ ਤਾਕਤਵਰ ਐਂਟੀ ਆਕਸੀਡੈਂਟ ਹੈ। ਇਸ ਵਿੱਚ ਐਂਟੀ ਕੈਂਸਰ ਦੇ ਗੁਣ ਭਰਪੂਰ ਹਨ। ਇਸ ਵਿੱਚ ਕਰਕਿਊਮਿਨ ਹੋਣ ਦੇ ਕਾਰਨ ਕੈਂਸਰ ਪੈਦਾ ਕਰਨ ਵਾਲੇ ਸੈਲਸ ਦੇ ਨਾਲ ਇਹ ਲੜਦੀ ਹੈ। ਤੰਦਰੁਸਤ ਵਿਅਕਤੀ ਜੇਕਰ ਰੋਜ਼ ਸਵੇਰੇ ਇੱਕ ਗਲਾਸ ਗਰਮ ਪਾਣੀ ਵਿੱਚ ਅੱਧਾ ਨਿੰਬੂ, ਇੱਕ ਚਮਚ ਸ਼ਹਿਦ ਅਤੇ ਅੱਧਾ ਟੀਸਪੂਨ ਹਲਦੀ ਮਿਲਾ ਕੇ ਪੀਵੇ, ਉਸ ਦੇ ਲਈ ਇਹ ਅੰਮ੍ਰਿਤ ਸਮਾਨ ਡਰਿੰਕ ਬਣ ਜਾਂਦਾ ਹੈ। ਬਿਮਾਰ ਵਿਅਕਤੀ ਆਪਣੀ ਦਵਾਈਆਂ ਦੇ ਨਾਲ ਨਾਲ ਇਸ ਡਰਿੰਕ ਨੂੰ ਸਵੇਰੇ ਉੱਠ ਕਰ ਜਾਂ ਫਿਰ ਰਾਤ ਨੂੰ ਸੌਣ ਤੋਂ ਪਹਿਲਾਂ ਹਲਦੀ ਵਾਲੇ ਪਾਣੀ ਜਾਂ ਹਲਦੀ ਵਾਲੇ ਦੁੱਧ ਨੂੰ ਜ਼ਰੂਰ ਪੀਣ। ਇਸ ਨੂੰ ਪੀਣ ਦੇ ਨਾਲ ਜ਼ੁਕਾਮ ਤੋਂ ਲੈ ਕੇ ਕੈਂਸਰ ਤੱਕ ਅਨੇਕ ਫਾਇਦੇ ਹੁੰਦੇ ਹਨ। ਤਾਂ ਦੋਸਤੋ, ਕੈਂਸਰ ਨਾਲ ਬਚਣ ਅਤੇ ਕੈਂਸਰ ਦੇ ਪ੍ਰਭਾਵ ਨੂੰ ਘੱਟ ਕਰਨ ਵਿੱਚ ਹਲਦੀ ਇੱਕ ਕਾਰਗਰ ਦਵਾਈ ਦਾ ਕੰਮ ਕਰਦੀ ਹੈ। ਖਾਲੀ ਢਿੱਡ ਹਲਦੀ ਦਾ ਸੇਵਨ ਸਰੀਰ ਨੂੰ ਅੰਦਰ ਤੋਂ ਸਾਫ਼ ਰੱਖਦਾ ਹੈ। ਤਾਂ ਦੋਸਤੋ, ਕੈਂਸਰ ਦੀ ਰੋਕਥਾਮ ਲਈ ਹਲਦੀ ਦੀਆਂ ਗੋਲੀਆਂ ਵਿੱਚ ਨਿੰਮ ਨੂੰ ਮਿਲਾ ਕੇ ਸੇਵਨ ਕਰਨ ਨਾਲ ਸਰੀਰ ਵਿੱਚੋਂ ਕੈਂਸਰ ਦੇ ਸੈੱਲ ਖਤਮ ਹੋ ਜਾਂਦੇ ਹਨ। ਤਾਂ ਦੋਸਤੋ, ਰੋਜ਼ ਸਵੇਰੇ ਪਾਣੀ ਵਿੱਚ ਹਲਦੀ ਮਿਲਾ ਕੇ ਪੀਣ ਨਾਲ ਆਪਣਾ ਡਾਈਜੇਸ਼ਨ ਬਿਹਤਰ ਹੁੰਦਾ ਹੈ। ਕਈ ਰਿਸਰਚ ਵਿੱਚ ਇਹ ਪਾਇਆ ਗਿਆ ਹੈ ਕਿ ਪਾਣੀ ਵਿੱਚ ਹਲਦੀ ਨੂੰ ਘੋਲ ਕੇ ਪੀਣ ਨਾਲ ਸਾਡੇ ਸਰੀਰ ਵਿੱਚ ਪਿੱਤ ਦੀ ਉਸਾਰੀ ਜ਼ਿਆਦਾ ਹੁੰਦੀ ਹੈ। ਇਸ ਪਿੱਤ ਦੇ ਬਣਨ ਨਾਲ ਸਾਡਾ ਖਾਣਾ ਜਲਦੀ ਹਜ਼ਮ ਹੋ ਜਾਂਦਾ ਹੈ ਅਤੇ ਸਾਡਾ ਡਾਈਜੇਸ਼ਨ ਅੱਛਾ ਬਣਿਆ ਰਹਿੰਦਾ ਹੈ। ਤਾਂ ਦੋਸਤੋ, ਹਲਦੀ ਵਾਲਾ ਪਾਣੀ ਸਰੀਰ ਦੀ ਸੋਜ ਨੂੰ ਵੀ ਘੱਟ ਕਰਦਾ ਹੈ। ਹਲਦੀ ਵਿੱਚ ਇੱਕ ਕਰਕਿਊਮਿਨ ਨਾਮ ਦਾ ਕੈਮੀਕਲ ਪਾਇਆ ਜਾਂਦਾ ਹੈ ਜੋ ਕਿ ਸਾਡੇ ਸਰੀਰ ਵਿੱਚ ਦਵਾਈ ਦਾ ਕੰਮ ਕਰਦਾ ਹੈ। ਜਦੋਂ ਵੀ ਸਾਡੇ ਸਰੀਰ ਵਿੱਚ ਸੋਜ ਆਉਂਦੀ ਹੈ ਤਾਂ ਇਹੀ ਕੈਮੀਕਲ ਹੈ ਜੋ ਕਿ ਸਰੀਰ ਦੀ ਇਸ ਸੋਜ ਨੂੰ ਘੱਟ ਕਰਦਾ ਹੈ। ਸਰੀਰ ਦੀ ਸੋਜ ਘੱਟ ਕਰਨ ਦੇ ਨਾਲ ਨਾਲ ਇਹ ਜੋੜਾਂ ਵਿੱਚ ਹੋਣ ਵਾਲੇ ਦਰਦ ਨੂੰ ਵੀ ਦੂਰ ਕਰਦਾ ਹੈ। ਤਾਂ ਦੋਸਤੋ, ਲਗਾਤਾਰ ਹਲਦੀ ਵਾਲਾ ਪਾਣੀ ਪੀਣ ਨਾਲ ਦਿਮਾਗ ਤੇਜ਼ ਹੁੰਦਾ ਹੈ। ਹਲਦੀ ਦਿਮਾਗ ਲਈ ਬਹੁਤ ਹੀ ਚੰਗੀ ਮੰਨੀ ਜਾਂਦੀ ਹੈ, ਇਸ ਲਈ ਰੋਜ਼ ਸਵੇਰੇ ਉੱਠ ਕੇ ਗਰਮ ਪਾਣੀ ਵਿੱਚ ਹਲਦੀ ਪਾ ਕੇ ਪੀਣ ਨਾਲ ਦਿਮਾਗ ਲਈ ਬਹੁਤ ਹੀ ਅੱਛਾ ਮੰਨਿਆ ਜਾਂਦਾ ਹੈ। ਇਸ ਤੋਂ ਸਾਡਾ ਦਿਮਾਗ ਤੇਜ਼ ਹੁੰਦਾ ਹੈ, ਇਸ ਤੋਂ ਸਾਨੂੰ ਡਿਮੈਂਸ਼ੀਆ ਅਤੇ ਅਲਜ਼ਾਈਮਰ ਜਿਹੀਆਂ ਬਿਮਾਰੀਆਂ ਹੋਣ ਦਾ ਖਤਰਾ ਵੀ ਦੂਰ ਰਹਿੰਦਾ ਹੈ ਅਤੇ ਆਪਣੀ ਭੁੱਲਣ ਵਾਲੀ ਬਿਮਾਰੀ ਵੀ ਦੂਰ ਹੁੰਦੀ ਹੈ। ਤਾਂ ਦੋਸਤੋ, ਹਲਦੀ ਵਾਲਾ ਪਾਣੀ ਪੀਣ ਨਾਲ ਤੁਸੀਂ ਦਿਲ ਸੰਬੰਧੀ ਅਨੇਕ ਬਿਮਾਰੀਆਂ ਤੋਂ ਬਚ ਸਕਦੇ ਹੋ ਅਤੇ ਨਾਲ ਹੀ ਨਾਲ ਤੁਹਾਡਾ ਦਿਲ ਤੰਦਰੁਸਤ ਰਹੇਗਾ। ਜਿਨ੍ਹਾਂ ਲੋਕਾਂ ਨੂੰ ਬਲੌਕੇਜ ਦੀ ਸਮੱਸਿਆ ਹੈ ਤਾਂ ਉਹਨਾਂ ਲੋਕਾਂ ਨੂੰ ਜ਼ਰੂਰ ਹੀ ਹਲਦੀ ਵਾਲਾ ਪਾਣੀ ਪੀਣਾ ਚਾਹੀਦਾ ਹੈ, ਕਿਉਂਕਿ ਦੋਸਤੋ, ਹਲਦੀ ਖੂਨ ਨੂੰ ਜੰਮਣ ਤੋਂ ਰੋਕਦੀ ਹੈ ਅਤੇ ਆਪਣੇ ਖੂਨ ਨੂੰ ਸਾਫ਼ ਕਰਦੀ ਹੈ, ਆਪਣੇ ਖੂਨ ਨੂੰ ਪਿਓਰੀਫਾਈ ਕਰਦੀ ਹੈ, ਜਿਸ ਦੇ ਨਾਲ ਆਕਸੀਜਨ ਆਪਣੇ ਸਾਰੇ ਬੋਡੀ ਪਾਰਟਾਂ ਤੱਕ ਪਹੁੰਚਦੀ ਹੈ ਅਤੇ ਆਪਣੇ ਬੋਡੀ ਪਾਰਟ ਅੱਛੀ ਤਰ੍ਹਾਂ ਨਾਲ ਵਰਕ ਕਰਦੇ ਹਨ। ਤਾਂ ਦੋਸਤੋ, ਹਲਦੀ ਵਾਲਾ ਪਾਣੀ ਪੀਣ ਨਾਲ ਤੁਸੀਂ ਸਾਹ ਸੰਬੰਧੀ ਰੋਗਾਂ ਤੋਂ ਬਚਿਆ ਜਾ ਸਕਦਾ ਹੈ, ਜਿਵੇਂ ਸਾਈਨਸ, ਦਮਾ, ਇਹ ਸਾਰੀਆਂ ਪ੍ਰੋਬਲਮਾਂ ਖਤਮ ਹੋ ਜਾਂਦੀਆਂ ਹਨ ਅਤੇ ਜੜ੍ਹ ਤੋਂ ਹੀ ਸਮਾਪਤ ਹੋ ਜਾਂਦੀਆਂ ਹਨ ਜੇ ਤੁਸੀਂ ਇਸਦਾ ਲਗਾਤਾਰ ਸੇਵਨ ਕਰਦੇ ਹੋ। ਤਾਂ ਦੋਸਤੋ, ਹੁਣ ਤੁਸੀਂ ਜਾਣ ਹੀ ਚੁੱਕੇ ਹੋਵੋਗੇ ਕਿ ਹਲਦੀ ਵਾਲਾ ਪਾਣੀ ਪੀਣ ਦੇ ਕਿੰਨੇ ਫਾਇਦੇ ਹਨ। ਤਾਂ ਦੋਸਤੋ, ਤੁਸੀਂ ਵੀ ਹੁਣ ਹਲਦੀ ਵਾਲਾ ਪਾਣੀ ਪੀਣਾ ਸ਼ੁਰੂ ਕਰੋ, ਜੇ ਹੋ ਸਕੇ ਤਾਂ ਤੁਸੀਂ ਉਸਦੇ ਵਿੱਚ ਸ਼ਹਿਦ ਪਾ ਕੇ ਪੀਓ। ਜੇ ਤੁਹਾਨੂੰ ਸ਼ੂਗਰ ਦੀ ਸ਼ਿਕਾਇਤ ਹੈ ਤਾਂ ਤੁਸੀਂ ਹਲਦੀ ਵਾਲੇ ਪਾਣੀ ਵਿੱਚ ਸ਼ਹਿਦ ਨੂੰ ਨਾ ਪਾਓ। ਤੁਸੀਂ ਦੇਖੋਗੇ ਕਿ ਤੁਸੀਂ ਲਗਾਤਾਰ ਇਸਦਾ ਇਸਤੇਮਾਲ ਕਰੋਗੇ ਤਾਂ ਤੁਹਾਨੂੰ ਕਾਫ਼ੀ ਅੱਛੇ ਰਿਜ਼ਲਟ ਮਿਲਣਗੇ ਔਰ ਜੋ ਪੇਟ ਸੰਬੰਧੀ ਤੁਹਾਡੇ ਪ੍ਰੋਬਲਮਸ ਹਨ ਉਹ ਸਾਰੀਆਂ ਦੂਰ ਹੋ ਜਾਣਗੀਆਂ। ਤਾਂ ਦੋਸਤੋ, ਅੱਜ ਦੇ ਵੀਡੀਓ ਦੇ ਵਿੱਚ ਇੰਨਾ ਹੀ। ਜੇ ਤੁਹਾਨੂੰ ਇਹ ਵੀਡੀਓ ਵਧੀਆ ਲੱਗਿਆ ਹੋਵੇ ਤਾਂ ਇਸ ਵੀਡੀਓ ਨੂੰ ਲਾਈਕ, ਸ਼ੇਅਰ ਅਤੇ ਕਮੈਂਟ ਜ਼ਰੂਰ ਕਰਨਾ ਅਤੇ ਜੇਕਰ ਹੁਣ ਤੱਕ ਤੁਸੀਂ ਸਾਡੇ ਚੈਨਲ ਨੂੰ ਸਬਸਕ੍ਰਾਈਬ ਨਹੀਂ ਕੀਤਾ ਹੈ ਤਾਂ ਸਬਸਕ੍ਰਾਈਬ ਕਰ ਲਵੋ ਅਤੇ ਇਸ ਵੀਡੀਓ ਨੂੰ ਦੇਖਣ ਲਈ ਤੁਹਾਡਾ ਬਹੁਤ ਬਹੁਤ ਧੰਨਵਾਦ।